ਕਾਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਪਿਛਲੇ ਦਿਨਾਂ ਤੋਂ ਤਿੰਨ ਆਰਡੀਨੈਂਸਾਂ ਦੇ ਖਿਲਾਫ ਜੋ ਕਿਸਾਨਾਂ ਦੁਆਰਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, ਉਸ ਬਾਰੇ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਗੱਲ ਹੈ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਦਾ ਵਿਰੋਧ ਕਰ ਰਹੀਆਂ ਨੇ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੇ ਵਿੱਚ ਜਥੇਬੰਦੀਆਂ ਦਾ ਸਾਥ ਦਿੱਤਾ ਜਾਵੇ। ਹੋਰ ਕੀ ਕਿਹਾ ਸੁਖਪਾਲ ਸਿੰਘ ਖਹਿਰਾ ਨੇ, ਆਓ ਦੇਖਦੇ ਹਾਂ। ਦੋਸਤੋ, ਆਪਾਂ ਸਭ ਜਾਣਦੇ ਹਾਂ ਕਿ ਪਿੱਛੇ ਜਿਹੇ ਮੋਦੀ ਸਾਹਿਬ ਦੀ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤੇ ਸੀ ਔਰ ਅੱਜ ਤੋਂ ਦੇਸ਼ ਦੀ ਪਾਰਲੀਮੈਂਟ ਜਿਹੜਾ ਹੈ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਤਾਂ ਸਰਕਾਰ ਇਹਨਾਂ ਤਿੰਨਾਂ ਹੀ ਕਿਸਾਨ ਵਿਰੋਧੀ ਆਰਡੀਨੈਂਸਿਸ ਨੂੰ ਕਾਨੂੰਨ ਬਣਾਉਣ ਦੇ ਉਪਰਾਲੇ ਕਰ ਰਹੀ ਹੈ, ਜਦਕਿ ਸਾਰੇ ਦੇਸ਼ ਵਿੱਚ ਇਹਨਾਂ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਔਰ ਸਾਨੂੰ ਫਿਕਰ ਹੈ ਕਿ ਪੰਜਾਬ ਦੇ ਵਿੱਚ 11 ਭਾਰਤੀ ਕਿਸਾਨ ਯੂਨੀਅਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਕੱਲ੍ਹ ਰੋਸ ਪ੍ਰਦਰਸ਼ਨ ਦੀ ਸਾਰੇ ਸੂਬੇ ਵਿੱਚ ਕਾਲ ਦਿੱਤੀ। ਤਾਂ ਮੈਂ ਸਮਝਦਾ ਕਿ ਆਪਣਾ ਸਭ ਦਾ ਛੋਟੀ ਮੋਟੀ ਪਾਰਟੀਬਾਜ਼ੀ ਤੋਂ ਉੱਠ ਕੇ ਉੱਪਰ ਉੱਠ ਕੇ ਫਰਜ਼ ਬਣਦਾ ਵਾ ਕਿ ਆਪਾਂ BKU ਦੇ ਇਸ ਕਾਲ ਦਾ ਡਟ ਕੇ ਸਮਰਥਨ ਕਰੀਏ, ਸਮੂਹ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਹਕੂਕ ਦੀ ਹਿਫਾਜ਼ਤ ਕਰੀਏ, ਕਿਉਂਕਿ ਜਿਹੜੇ ਇਹ ਤਿੰਨ ਆਰਡੀਨੈਂਸ ਨੇ ਅਗਰ ਇਹ ਲਾਗੂ ਹੋ ਜਾਂਦੇ ਨੇ ਤਾਂ ਮੈਂ ਸਮਝਦਾ ਕਿ ਚੋਰ ਦਰਵਾਜ਼ੇ ਰਾਹੀਂ ਪਹਿਲਾਂ ਕਾਰਪੋਰੇਟ ਘਰਾਣਿਆਂ ਨੂੰ, ਤਾਕਤਵਰ ਅਮੀਰ ਆਦਮੀਆਂ ਨੂੰ ਜਿਹੜਾ ਐਗਰੀਕਲਚਰ ਪ੍ਰੋਡਿਊਸ ਦੀ ਮਾਰਕੀਟਿੰਗ ਹੈਗੀ ਆ ਖਰੀਦੋ ਫਰੋਖਤ ਉਹਦੇ ਵਿੱਚ ਵਾੜਿਆ ਜਾਵੇਗਾ ਔਰ ਇਹਦੇ ਨਾਲ ਗਰੀਬ ਤੇ ਦਰਮਿਆਨੇ ਤੇ ਛੋਟੇ ਕਿਸਾਨ ਦੇ ਦਾ ਵੱਡੇ ਪੱਧਰ ਤੇ ਸ਼ੋਸ਼ਣ ਹੋਵੇ ਔਰ ਇਸ ਦੇ ਨਾਲ ਨਾਲ ਜਿਹੜਾ ਸਾਡਾ APMC ਐਕਟ ਸੀ ਸਟੇਟਸ ਦਾ, ਜਿਹੜਾ ਸਾਡੇ ਕੋਲ ਜਿੱਦਾਂ ਪੰਜਾਬ ਦੇ ਕੋਲ ਮੰਡੀ ਬੋਰਡ ਸੀਗਾ, ਹਰ ਝੋਨੇ ਤੇ ਕਣਕ ਦੀ ਖਰੀਦ ਦੇ ਸਮੇਂ ਹਰ ਕੁਇੰਟਲ ਦੇ ਪਿੱਛੇ ਪੰਜਾਬ ਮੰਡੀ ਬੋਰਡ ਨੂੰ 6% ਟੈਕਸ ਇਕੱਠਾ ਹੁੰਦਾ ਸੀ, 3% ਰੂਰਲ ਡਿਵੈਲਪਮੈਂਟ ਫੀਸ, 3% ਮਾਰਕੀਟ ਕਮੇਟੀ ਫੀਸ। ਉਸ 6% ਦੇ ਨਾਲ ਸੈਂਕੜੇ ਕਰੋੜ ਰੁਪਇਆ ਪੰਜਾਬ ਦੇ ਪੇਂਡੂ ਵਿਕਾਸ ਵਾਸਤੇ ਪੈਸੇ ਪੰਜਾਬ ਮੰਡੀ ਬੋਰਡ ਕੋਲ ਆਉਂਦੇ ਸੀਗੇ, ਜਿਸ ਨੂੰ ਉਹ ਪੰਜਾਬ ਦੀਆਂ ਪਿੰਡਾਂ ਦੀ ਲਿੰਕ ਰੋਡ ਦੀ ਰਿਪੇਅਰ ਲਈ, ਸਟਰੀਟ ਲਾਈਟਸ ਵਾਸਤੇ, ਪਿੰਡਾਂ ਦੇ ਛੱਪੜਾਂ ਦੀ ਸਫਾਈ ਵਾਸਤੇ ਇਸਤੇਮਾਲ ਕੀਤਾ ਜਾਂਦਾ ਸੀਗਾ। ਇਹ ਜਿਹੜਾ ਮੋਦੀ ਸਾਹਿਬ ਦੀ ਸਰਕਾਰ ਕਹਿ ਰਹੀ ਕਿ ਇੱਕ ਦੇਸ਼ ਇੱਕ ਮੰਡੀ, ਇਸ ਨਾਲ ਜਿਹੜਾ ਸੂਬਿਆਂ ਦੇ ਅਧਿਕਾਰ ਹੈ ਉਹਦੇ ਤੇ ਵੱਡਾ ਡਾਕਾ ਹੋਵੇਗਾ। ਇਸ ਤੋਂ ਪਹਿਲਾਂ ਆਪਾਂ ਸਭ ਨੇ ਦੇਖਿਆ ਕਿ ਵਨ ਨੇਸ਼ਨ ਵਨ ਟੈਕਸ ਦੇ ਨਾਮ ਤੇ ਜਿਹੜਾ GST ਦਾ ਕਾਨੂੰਨ ਲਾਗੂ ਕੀਤਾ ਗਿਆ ਔਰ ਆਪਾਂ ਸਭ ਨੂੰ ਪਤਾ ਵਾ ਕਿ ਇਸ GST ਦੇ ਆਉਣ ਨਾਲ ਸੂਬਿਆਂ ਦੇ ਜਿਹੜੀ ਵਿੱਤੀ ਅਧਿਕਾਰ ਸੀ ਉਹ ਬਹੁਤ ਵੱਡੇ ਪੱਧਰ ਤੇ ਉਹਨਾਂ ਤੇ ਅਸਰ ਪਿਆ। ਅੱਜ ਸਾਡੇ ਪੰਜਾਬ ਦਾ ਲਗਭਗ 6500 ਕਰੋੜ ਰੁਪਇਆ ਮੋਦੀ ਸਾਹਿਬ ਦੀ ਸਰਕਾਰ GST ਦਾ ਬਕਾਇਆ ਮਾਰ ਕੇ ਬੈਠੀ ਹੈ। ਇਸ ਲਈ ਜਿੱਦਾਂ GST ਨੇ ਫੈਡਰਲ ਢਾਂਚੇ ਨੂੰ ਕਮਜ਼ੋਰ ਕੀਤਾ ਔਰ ਸਟੇਟਾਂ ਦੇ ਅਧਿਕਾਰ ਖੋਏ, ਐਨ ਉਸੇ ਤਰ੍ਹਾਂ ਹੀ ਇੱਕ ਦੇਸ਼ ਇੱਕ ਮੰਡੀ ਦੇ ਨਾਮ ਦੇ ਉੱਤੇ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਹੈ। ਤਾਂ ਮੈਂ ਸਮਝਦਾ ਕਿ ਜਿਹੜਾ BKU 11 ਜਥੇਬੰਦੀਆਂ ਨੇ ਕਾਲ ਦਿੱਤੀ ਆਪਾਂ ਸਭ ਨੂੰ ਇਹਦਾ ਸਪੋਰਟ ਕਰਨਾ ਚਾਹੀਦੀ ਔਰ ਮੈਂ ਸਮਝਦਾ ਕਿ ਭਾਰਤੀ ਕਿਸਾਨ ਯੂਨੀਅਨ ਨੂੰ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ, ਉਹਨਾਂ ਦੀ ਸ਼ਕਤੀ ਹੋਰ ਵਧੇਗੀ। ਉਹ ਨਾ ਸਿਰਫ ਕਿਸਾਨਾਂ ਦੇ ਹਕੂਕ ਵਾਸਤੇ ਬਲਕਿ ਪੰਜਾਬ ਦੇ ਵਿੱਚ ਜਿਹੜੀਆਂ ਹਰ ਵਰਗ ਦੇ ਨਾਲ ਧੱਕੇਸ਼ਾਹੀ ਤੇ ਬੇਇਨਸਾਫੀ ਹੋ ਰਹੀ ਆ, ਇਹ ਕਾਫੀ ਇਫੈਕਟਿਵ ਆਰਗੇਨਾਈਜੇਸ਼ਨ ਆ ਉਹਨਾਂ ਦਾ ਵਿਰੋਧ ਕਰਨ ਵਾਸਤੇ। ਇਸ ਲਈ ਉਹਨਾਂ ਦਾ ਆਪਾਂ ਨੂੰ ਸਭ ਨੂੰ ਮਿਲ ਕੇ ਸਪੋਰਟ ਕਰਨੀ ਚਾਹੀਦੀ। ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਸੇ ਵੇਲੇ ਇਸ ਦੇਸ਼ ਦੀ ਬਹੁਤ ਅੱਛੀ ਪਾਰਟੀ ਔਰ ਬਹੁਤ ਵੱਡੇ ਪੱਧਰ ਤੇ ਲੋਕਾਂ ਲਈ ਦੇ ਇਨਸਾਫ ਲਈ ਲੜਦੀ ਸੀਗੀ ਔਰ ਕਿਸਾਨ ਹਿਤੈਸ਼ੀ ਸੀ ਔਰ ਫੈਡਰਲ ਢਾਂਚੇ ਦੀ ਸਪੋਰਟਰ ਸੀ, ਘੱਟ ਗਿਣਤੀਆਂ ਦੀ ਹਿਫਾਜ਼ਤ ਕਰਦੀ ਸੀ, ਅੱਜ ਉਹ ਮੈਂ ਸਮਝਦਾ ਕਿ ਉਸ ਏਜੰਡੇ ਤੋਂ ਭਟਕ ਚੁੱਕੀ ਹੈ। ਸਿਰਫ ਇੱਕ ਆਪਣੇ ਬਾਦਲ ਸਾਹਿਬ ਦੇ ਪਰਿਵਾਰ ਦੇ ਮੈਂਬਰ ਨੂੰ ਕੈਬਨਿਟ ਮਿਨਿਸਟਰ ਰੱਖਣ ਵਾਸਤੇ ਉਹ ਜਿਹੜੇ ਚਾਹੇ ਜੰਮੂ ਕਸ਼ਮੀਰ ਦਾ ਬਟਵਾਰਾ ਸੀਗਾ ਸਟੇਟ ਦਾ ਉਹਨੂੰ ਤੋੜ ਕੇ 2 ਯੂਟੀਆਂ ਬਣਾਈਆਂ ਜਾਂ ਜਿਹੜਾ ਆਰਡੀਨੈਂਸਿਸ ਦਾ ਇਹਦੇ ਤੇ ਬਹੁਤ ਬੁਰੀ ਤਰ੍ਹਾਂ ਨਾਲ ਕਨਫਿਊਜ਼ਡ, ਕਿਉਂਕਿ ਉਹਨਾਂ ਨੂੰ ਅਸਲ ਲਾਲਚ ਹੈਗਾ ਕਿ ਅਸੀਂ ਸੱਤਾ ਦੇ ਵਿੱਚ ਬਣੇ ਰਹੀਏ। ਕਦੀ ਬਾਦਲ ਸਾਹਿਬ ਇਹਦੀ ਸਪੋਰਟ ਕਰਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਹੋਣੀ ਕਦੀ ਇਹਦਾ ਵਿਰੋਧ ਕਰਦੇ ਨੇ। ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਸ ਆਰਡੀਨੈਂਸਾਂ ਦੇ ਉੱਤੇ ਉਹਨਾਂ ਨੂੰ ਸਪਸ਼ਟ ਸਟੈਂਡ ਕੀ ਲੈਣਾ ਚਾਹੀਦਾ। ਮੈਂ ਸਮਝਦਾ ਵਾਂ ਕਿ ਅਗਰ ਵਾਕਈ ਉਹ ਕਿਸਾਨ ਹਿਤੈਸ਼ੀ ਨੇ, ਅਗਰ ਉਹ ਸਮਝਦੇ ਕਿ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਇਸ ਆਰਡੀਨੈਂਸ ਦਾ ਵੱਡਾ ਪ੍ਰਭਾਵ ਹੋਵੇਗਾ ਤਾਂ ਉਹਨਾਂ ਨੂੰ BJP ਦਾ ਅਲਾਇੰਸ ਇਸ ਇਸ਼ੂ ਦੇ ਉੱਤੇ ਤੋੜਨਾ ਚਾਹੀਦਾ ਔਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਵਿੱਚੋਂ ਕੱਢ ਕੇ ਤਾਂ ਫਿਰ ਪੰਜਾਬ ਦੇ ਲੋਕ ਇਹ ਮਹਿਸੂਸ ਕਰਨਗੇ ਕਿ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਕਿਸਾਨਾਂ ਵਾਸਤੇ ਡਟ ਕੇ ਸਟੈਂਡ ਲਿਆ। ਪਰ ਜਦੋਂ ਆਪਾਂ ਪਾਰਲੀਮੈਂਟ ਦੇ ਅੰਦਰ ਬੈਠ ਕੇ BJP ਦੀ ਹਰ ਉਸ ਕਾਨੂੰਨ ਦੀ ਸਪੋਰਟ ਕਰਦੇ ਹਾਂ ਤੇ ਬਾਹਰ ਆਣ ਕੇ ਆਪਾਂ ਉਸ ਕਾਨੂੰਨ ਨੂੰ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰਦੇ ਤਾਂ ਮੈਂ ਸਮਝਦਾ ਕਿ ਹਰ ਬਸ਼ਰ ਇਸ ਦੇਸ਼ ਦਾ ਇਸ ਸੂਬੇ ਦਾ ਸਾਰੀ ਗੱਲ ਨੂੰ ਸਮਝਦਾ। ਸੋ ਅਕਾਲੀ ਦਲ ਵਾਸਤੇ ਬਹੁਤ ਇਮਤਿਹਾਨ ਦੀ ਘੜੀ ਆ ਔਰ ਜੇ ਉਹ ਚਾਹੁੰਦੇ ਨੇ ਵਾਕਈ ਕਿ ਕਿਸਾਨਾਂ ਦੀ ਸਪੋਰਟ ਕਰੇ ਤਾਂ ਉਹਨਾਂ ਨੂੰ BJP ਤੋਂ ਸਪੋਰਟ ਵਿਦਡਰਾਅ ਕਰਕੇ ਤੇ
हरसिमरत कौर इस्तीफा देना चाहिए। और मेरी फिर दोबारा सारे समूह पंजाबियों को अपील है कि कल के रोज प्रदर्शनों भारतीय किसान यूनियन की आप सब डट के सपोर्ट भी करनी चाहिए है, शमूलियत भी करनी चाहिए। असं पोलीटल पार्टियां दे होने करके शायद असं आप तो उत्थे नहीं जाते चंगे लगेंगे, पर मेरी समूह पंजाबियों को अपील है पिंडां दे लोकां के इस रोज प्रदर्शन का बढ़ चढ़ के समर्थन करो। थोड़ा सारे का बहुत बहुत शुक्रिया, धन्यवाद।